ਅਸਲਾਮ ਵਾਲੀਕੁਮ ਚੈਂਪਰਸ, ਕੈਸੇ ਸਭੀ ਲੋਕ, ਵੈਲਕਮ ਬੈਕ ਟੂ ਅਵਰ ਵੀਡੀਓ। ਯਾਰ ਮੈਂ ਥੋੜ੍ਹਾ ਸਿੱਧਾ ਸਵਾਰਾ ਹੋ ਗਿਆ, ਕਿਉਂ ਹੋਇਆ? ਕਿਉਂਕਿ ਆਪਾਂ ਚੱਲੇ ਹਾਂ ਅੱਜ ਮੰਡੀ। ਆ ਜਾਓ ਚਲੀਏ, ਯਹੀ ਤੋਂ ਕੰਮ ਕਰਨੇ ਜਾਣਾ ਵੀਡੀਓ। ਨਹੀਂ ਤੂੰ ਇਹ ਬਣਾਉਣੀ ਹੈ ਨਾ, ਸਾਥ ਸਾਥ ਇਹ ਵੀ ਤੂੰ ਦਿਖਾਉਣਾ। ਸਾਥ ਸਾਥ ਬਣਾਤੇ ਹੈ ਨਾ, ਆਸਤਾ ਆਸਤਾ। ਬੇਫਿਕਰ ਹੋ ਜਾਓ, ਮੈਂ ਤਾਂ ਆਦੀ ਹਾਂ, ਤੁਹਾਨੂੰ ਵੀ ਆਦਤ ਲੱਗ ਜਾਏਗੀ। ਇਹ ਬਾਈ ਜਾਨ ਜ਼ਰਾ ਨਹੀਂ ਆਦੀ ਹੈ, ਬਾਹਰ ਵੀ ਚਲਦੇ ਹਾਂ, ਮੰਡੀ ਜਾਣਾ ਸਾਰੇ, ਜ਼ਰਾ ਜਾ ਕੇ ਬਣਾਉਂਦੇ ਹਾਂ, ਜ਼ਰਾ ਵੀਡੀਓ 'ਚ ਕੰਮ ਵੀ ਖਾਤੇ ਹਾਂ, ਜਾਣ ਵਜੋਂ ਉਹਦਾ ਦੇਖਦੇ ਹਾਂ ਕਿਆ ਸਿਸਟਮ ਵਗੈਰਾ ਚੱਲ ਰਿਹਾ ਜੀ ਮੰਡੀ ਵਿੱਚ। ਤੋ ਚੈਂਪਰ ਅਭੀ ਫਿਲਹਾਲ ਮੈਂ ਇਸ ਵਕਤ ਸ਼ੇਖੂਪੁਰਾ ਮੇਂ ਮੰਡੀ ਮੇਂ ਮੌਜੂਦ ਹੂੰ ਯਾਰ, ਜ਼ਰਾ ਅੰਦਰ ਤੱਕ ਆ ਗਏ ਹਾਂ। ਜ਼ਰਾ ਇਸ ਵਕਤ ਚਾਰੋਂ ਤਰਫ ਬੱਕਰੇ ਜਾਨਵਰ ਵਗੈਰਾ ਉਹ ਹੀ ਸਾਰੇ ਚੱਲ ਰਹੇ ਹੈ ਜੀ, ਹਿਸਾਬ ਦਾ ਸਾਰਾ ਜੋ ਹੈ। ਇਹ ਦੇਖੋ ਮਾਸ਼ਾਅੱਲਾ, ਯਹਾਂ ਵੀ ਬੜੇ ਜ਼ਬਰਦਸਤ ਕਿਸਮ ਕੇ ਬੈਠੇ ਹੈ ਬੱਕਰੇ। ਸਰ ਜ਼ਰਾ ਆਇਆ ਜੀ, ਜ਼ਰਾ ਦੱਸਿਆ ਜੀ ਕੀ ਰੇਟ ਚੱਲਣ ਡਿਆ ਜੀ, ਦੱਸਿਆ ਜੀ ਇਹਦਾ ਰੇਟ ਦੱਸਿਆ ਜੀ। ਅਤੇ ਉਹਦਾ 75, ਅਤੇ ਕਮੀ ਪੇਸ਼ੀ ਕਿੰਨੀ ਹੋਏਗੀ? ਲੋਕ ਕਮੀ ਪੇਸ਼ੀ ਵੀ ਕਰਦੇ, ਨਹੀਂ ਤਾਂ ਉਂਝ ਕਿੰਨੀ ਕਰੋਗੇ? ਇਹ ਚੈੱਕ ਕਰੋ ਜੀ, 175 ਦਾ ਜੀ ਬੱਕਰਾ, ਸਹੀ ਹੈ ਮਤਲਬ ਬੜਾ ਉਹ ਲੱਗਦਾ। ਆਓ ਜੀ ਅੱਗੇ ਚਲੀਏ, ਇਹ ਮਾਸ਼ਾਅੱਲਾ ਬੱਕਰੇ ਬੜੇ ਆ, ਹਾਲ ਆ ਗਿਆ, ਪਰ ਆਸਤਾ ਆਸਤਾ ਜੋ ਹੈ ਹੋਰ ਵਧੇਗਾ, ਐਸਾ ਹੀ ਹੈ ਜੀ। ਉਧਰ ਬੱਚੇ ਜਾ ਰਹੇ ਆ ਜੀ, ਇੱਕ 90 ਦੰਦ ਕਿੰਨੇ ਜੀ? ਦੋਂਦੇ ਨੇ, ਤੇ ਮੰਗਣ ਡੇ ਨੇ 90 ਰੇਟ ਲਗਾ ਦਿਆ ਦੋਨੋਂ ਦਾ। ਰੇਟ ਤੇ ਬੜਾ ਹੈ, ਪਰ ਬੇਫਿਕਰ ਹੋ ਜਾਓ ਤੁਸੀਂ, ਕੈਬ ਪਰੇਸ਼ਾਨ ਨਹੀਂ ਹੋਣਾ, ਤੁਸੀਂ ਆਓਗੇ ਦੁਆ ਕਰਕੇ ਆਇਆ ਜਾਂਦਾ ਤਰ੍ਹਾਂ ਤੋਂ, ਇਨਸ਼ਾਅੱਲਾ ਤਰ੍ਹਾਂ ਤੁਹਾਨੂੰ ਜਾਨ ਕੁਰਬਾਨੀ ਦਾ ਜਾਨਵਰ ਲੱਭ ਜਾਏਗਾ, ਬੇਫਿਕਰ ਹੋ ਜਾਓ। ਕਰੋ ਜੀ ਆਪਦਾ, ਥੋੜ੍ਹਾ ਬੱਛੋਂ ਵਾਲੀ ਜਗ੍ਹਾ 'ਤੇ ਆ ਗਏ ਆ ਜੀ, ਚੈੱਕ ਕਰੋ। ਮਾਸ਼ਾਅੱਲਾ ਆਪਣੇ ਵਾਕਫ ਮਿਲ ਗਏ ਆ ਜੀ, ਆਪਣੇ ਬੱਚੇ ਨੂੰ। ਅੱਛਾ ਮਾਸ਼ਾਅੱਲਾ ਜ਼ਬਰਦਸਤ ਹੈ ਜੀ, ਕੀ ਮੰਗਣ ਜੀ ਇਹਦਾ? 4.5 ਲੱਖ ਰੁਪਈਆ। ਦੱਸੋ 5 ਲੱਖ ਤੇ ਮੰਗ, 3.5 ਤੇ ਥੋੜਾ ਯਾਰ, ਤੁਸੀਂ ਰੇਟ ਵਧਾਈ ਜਾ ਰਹੇ ਅੱਗੇ। ਆਹੋ ਨੇ ਇਹ ਚੈੱਕ ਕਰੋ ਵੀ, ਮਾਸ਼ਾਅੱਲਾ ਸਹੀ ਹੈ, ਬੜਾ ਜ਼ਬਰਦਸਤ ਹੋਛਾ ਖੜਾ ਭਾਈ ਮੰਡੀ। ਮੈਂ ਆਪਕੋ ਦੱਸਾਂ, ਕੈਮਰੇ ਸਾਹਮਣੇ ਬਹੁਤੇ ਰੇਟ ਦੱਸਦੇ ਨੇ ਕੁਛ ਵਪਾਰੀ, ਤੁਸੀਂ ਇਹ ਬਰਿਹਾਨ ਨਹੀਂ ਹੋਣਾ, ਬੇਫਿਕਰ ਹੋ ਕੇ ਆਉਣਾ, ਇਨਸ਼ਾਅੱਲਾ ਲੱਭ ਜਾਏਗਾ ਤੁਹਾਨੂੰ ਤੁਹਾਡਾ ਜਾਨਵਰ। ਚੌਕੇ ਕਿੰਨਾ ਮੁੱਲ ਇਹਨਾਂ ਦਾ? 6.5 ਲੱਖ ਹੋਇਆ। ਚੈੱਕ ਕਰੋ ਬਾਈ, ਮਾਸ਼ਾਅੱਲਾ ਸੇ ਵੀ ਬੜਾ ਅੱਛਾ ਖਾਸਾ ਹੇਟ ਕਾ ਜੀ ਬਟ ਖੜਾ ਹੋਊਗਾ,
ਮਾਲ ਮਾਸ਼ਾ ਬੜਾ ਅੱਛਾ ਆਇਆ ਹੋਊਗਾ। ਆਰਾਮ ਨਾਲ ਆਰਾਮ ਨਾਲ, ਗੁੱਸਾ ਨਹੀਂ ਕਰਨਾ, ਤੇਰੀ ਮਿਹਰਬਾਨੀ। ਵਾਕਫਾ ਬੜੇ ਆ ਨਾ ਜਨਾਬ ਕੇ ਯਹਾਂ ਪੇ ਮਾਸ਼ਾਅੱਲਾ ਸੇ। ਭਾਈ ਯਾਰ ਮੰਡੀ ਚ ਇੱਕ ਬੜੀ ਜ਼ਬਰਦਸਤ ਚੀਜ਼ ਮਿਲੀ ਆ, ਦੇਖੋ ਕਿਸਨੇ ਖੂਬਸੂਰਤ ਮਾਸ਼ਾਅੱਲਾ ਸੇ ਹੈ, ਉਹ ਲੜਾਕੂ ਵੀ ਹੈਗੇ ਨੇ ਮਾਸ਼ਾਅੱਲਾ, ਚੈੱਕ ਕਰੋ ਵੀ ਕਿਆ ਜ਼ਬਰਦਸਤ ਚਿੱਟੇ ਜਾਨਵਰ ਹੈ। ਸਰ ਡਰੀ ਦਾ ਨਹੀਂ ਹੁੰਦਾ ਪਹਿਲੀ ਗੱਲ, ਤੁਸੀਂ ਡਰਦਾ ਬੜੇ ਹੋ ਯਾਰ, ਕੀ ਪਤਾ ਹੁੰਦਾ ਜਾਨਵਰ ਦਾ। ਮਾਸ਼ਾਅੱਲਾ ਨਹੀਂ, ਮਾਸ਼ਾਅੱਲਾ ਬੜੇ ਜ਼ਬਰਦਸਤ ਸੋਹਣੇ ਨੇ। ਸਤਾਰਾਂ ਲੱਖ ਰੁਪਏ ਕੀ ਜਨਾਬ ਇਹ ਜੋੜੀ ਹੈ ਮਾਸ਼ਾਅੱਲਾ ਸੇ। ਜਾਨਵਰ ਜ਼ਬਰਦਸਤ ਲੱਗੇ ਆ ਨਾ, ਇਹ ਮੈਨੂੰ ਬੜੇ ਜ਼ਬਰਦਸਤ ਲੱਗੇ, ਸੋਹਣੇ ਲੱਗੇ ਨੇ। ਨਾ ਡਰ ਕਰ ਮਾਲਿਆ, ਵਾਕਈ ਸੋਹਣੇ ਲੱਗੇ ਨੇ। ਨਹੀਂ ਇਹ ਮਾਸ਼ਾਅੱਲਾ ਸੋਹਣੇ ਆ। ਸੂਤੀ ਦਾ ਵੀ ਰੇਟ ਹੈ ਨਾ ਜੀ। ਸਭ ਬੱਕਰੀ ਵੀ ਤਗੜੇ ਤਗੜੇ ਆਏ ਹੋਏ ਆ, ਅਭੀ ਫਿਲਹਾਲ ਹਮ ਵੱਛੋਂ ਵਾਲੀ ਜਗ੍ਹਾ ਪੇ ਆਏ ਹੋਏ ਆ, ਤੇ ਇੱਥੇ ਵੱਛੇ ਵੀ ਮਾਸ਼ਾਅੱਲਾ ਬੜੇ ਜ਼ਬਰਦਸਤ ਲੱਗੇ ਹੋਏ ਨੇ। ਇਹ ਦੇਖੋ ਜੀ, ਇਹ ਅੱਗੇ ਖੜਾ ਹੋਊਗਾ ਇੱਕ ਸਾਢੇ ਚਾਰ ਲੱਖ ਰੁਪਏ ਜਨਾਬ ਇਸਕਾ ਰੇਟ ਆ ਜੀ। ਜੀ ਸਰ ਵਲੌਗ ਬਣ ਰਿਹਾ, ਨਹੀਂ ਸਰ ਮੇਰਾ ਇੰਟਰਵਿਊ ਵਾਲਾ ਨਾ, ਮੇਰਾ ਵਲੌਗਿੰਗ ਕੇਂਦਰ ਹੀ ਬਸ ਹੈ, ਮੈਂ ਉਹ ਮੇਰਾ ਉਹ ਟੀ ਵੀ ਰਿਪੋਰਟਰ ਵਾਲਾ ਕੰਮ ਹੀ ਨਾ। ਸਤਾਰਾਂ ਲੱਖ ਰੁਪਇਆ ਜਨਾਬ ਨੇ ਕਿਹਾ ਸਰ। ਅੱਛਾ ਕੈਮਰਾ ਵੇਖ ਕੇ ਲੋਕ ਥੋੜ੍ਹਾ ਰੇਟ ਵੀ ਬਸ ਦੱਸਦੇ, ਮੈਂ ਹਿਸਾਬ ਲਾਇਆ ਉੱਧਰ ਵੀ ਨਾ, ਤੁਹਾਨੂੰ 16 ਲੱਖ ਕਹਿਣ ਡੇ, ਉਹ ਤੁਹਾਨੂੰ 17 ਲੱਖ ਕਹਿਣ ਡੇ। ਸੋਹਣੇ ਵੈਸੇ ਆ, ਇਹ ਬਾਤ ਵਾਕੀ ਹੈ ਜਨਾਬ, ਸੋਹਣੇ ਬੜੇ। ਦੇਣਾ ਕਿੰਨੇ ਦਾ ਭਾਜੀ? ਵੇਚ ਲਿਆ ਹੁਣ ਸਾਨੂੰ, ਦੇ ਸਾਡੇ ਨਾਲ ਡਰਾਮੇ ਕਰਦੇ ਹੋ ਜੀ? ਸਾਡੇ ਬੜੇ ਵੱਡੇ ਵਪਾਰੀ ਨੇ, ਇਹਨਾਂ ਨੂੰ ਬਿਲਕੁਲ ਨੈਟ ਤੇ ਚਾੜੋ। ਲੋ ਸਰ ਜੀ, ਆਸਫ ਸਾਹਿਬ ਦਾ ਡੇਰਾ ਹੈ। ਅਸਲਾਮੁ ਅਲੈਕੁਮ। ਆਸਫ ਸਾਹਿਬ ਦਾ ਡੇਰਾ ਜੀ। ਅੱਛਾ ਜੀ, ਮਾਸ਼ਾਅੱਲਾ ਆਏ ਹਫਤੇ 20-25 ਬੱਚੇ ਲਿਆ ਕੇ ਸੇਲ ਕਰਦੇ ਨੇ, ਮਾਸ਼ਾਅੱਲਾ ਬਹੁਤ ਇਹਨਾਂ ਦਾ ਕੰਮ ਹੈ। ਅੱਛਾ ਜੀ, ਉਹ ਵੇਲਣਾ ਸਰ, ਬਾਕੀ ਵੀਡੀਓ ਬਣਨ ਡਈ ਹੈ ਜੀ। ਹਾਂਜੀ, ਇਹ ਵੇਖੋ ਬੱਚਾ ਵੇਚਿਆ, ਕੈਸ਼ ਕਰ ਰਹੇ ਨੇ ਮਾਸ਼ਾਅੱਲਾ। ਮੇਰੇ ਸਾਹਮਣੇ ਗੱਲ ਕਰਾਂ, ਮੈਂ ਵੇਖ ਲਾਂਗਾ। ਭਾਈਜਾਨ ਬਾਕੀ ਦੇਖਿਆ ਜਨਾਬ, ਇਹ ਵੀ ਮਾਸ਼ਾਅੱਲਾ ਬੜਾ ਜ਼ਬਰਦਸਤ ਸਨ, ਮੋਲ ਖੜਾ ਹੋਇਆ ਸਾਢੇ ਚਾਰ ਲੱਖ, ਚਾਰ ਲੱਖ ਇਤਨਾ ਜਨਾਬ ਦਾ ਰੇਟ ਹੈ, ਪਰ ਹੋ ਜਾਏਗਾ ਇਨਸ਼ਾਅੱਲਾ ਬੇਫਿਕਰ। ਉਹ ਚੈੱਕ ਕਰੋ ਜੀ, ਇਹ ਗਾਏ ਕਾ ਬੱਚਾ, ਇਹ ਸ਼ਾਇਦ ਉਹ ਕ੍ਰੋਸ ਆਸਟ੍ਰੇਲੀਅਨ ਉਸ ਤਰ੍ਹਾਂ ਦੀ ਨਸਲ ਹੈ ਜਿਸ ਕਾ ਬੱਚਾ ਜਨਾਬ ਜਾ ਰਿਹਾ ਹੈ। ਜੋ ਹੈ ਨਾ ਸਰ, ਹਮ ਲੋਕ ਜ਼ਰਾ ਬੱਕਰੋਂ ਵਾਲੇ ਥੋੜ੍ਹੇ ਸੈਕਸ਼ਨ, ਬੱਕਰੇ ਛਤਰੇ ਦੁੰਬੇ ਸ਼ੁੰਬੇ ਸ਼ਾਇਦ ਜਿਹੀ ਵੀ ਹੁੰਦੇ ਆ ਉਨਕੇ ਸੈਕਸ਼ਨ ਉੱਧਰ ਆ ਗਏ ਹਾਂ।
ਇੱਧਰ ਜਰਾ ਬੱਕਰੋਂ ਕਰਾਂਗਾ ਵੀ ਰੇਟ ਪਤਾ ਕਰਤੇ ਹਾਂ ਜੀ। ਇਹ ਦੇਖੋ ਮਾਸ਼ਾਅੱਲਾ ਸੇਬ ਵੀ ਬੜਾ ਸੋਹਣਾ ਬੈਠਾ ਹੋਊਗਾ, ਭਲਾ ਦਾ ਸੁੱਤਾ ਪਿਆ ਕੀ ਇਹਦੇ ਨਾਲ ਹਿਸਾਬ ਕਿਤਾਬ। ਕੰਮ ਤੱਤਾ ਹੀ ਹੈ ਪਰ ਜਿਹੜਾ ਬਹਿਸ ਬਸ ਹੈ ਨਾ ਕੰਮ ਥੋੜਾ ਨਾਰਮਲ ਕਰਾ ਦਿੰਦਾ ਹੈ। ਇਹ ਸਹੀ ਹਾਈਟ ਦੇ ਵੇਖੋ, ਇਹ ਸਹੀ ਬੜੀ ਹਾਈਟ ਦੇ ਬੱਕਰੇ ਖਲੋਤੇ ਨੇ ਜੀ, ਮੋਟੇ ਨਹੀਂ ਏਡੇ। ਇਹ ਵੀ ਗੱਲ ਤੁਹਾਡੀ ਹੈ, ਇਹ ਬੜਾ ਸਹੀ ਜ਼ਬਰਦਸਤ ਮਾਸ਼ਾਅੱਲਾ। ਇਹ ਦੇਖੋ ਜੀ ਮਾਸ਼ਾਅੱਲਾ ਬੜਾ ਸੋਹਣਾ ਬੱਕਰਾ। ਕੀ ਜਿਹੜਾ ਰੇਟ ਪੁੱਛੋ ਇਹਦਾ ਵੀ, ਕੀ ਰੇਟ ਬਾਬਾ ਜੀ ਆਪਣੇ ਨਾ? ਹਾਂ ਜੀ 80 ਰੁਪਏ। ਇਹ ਵੀ ਦੇਖੋ, ਇਹ ਵੀ ਮਾਸ਼ਾਅੱਲਾ ਬੜਾ ਜ਼ਬਰਦਸਤ। ਨਹੀਂ ਇੱਕ ਇਹਦਾ 40 ਰੁਪਏ, 40,000 ਦੋਂਦਾ ਜਨਾਬ, 1,40,000 ਕਾ ਇਹ ਕੇਲਾ ਜੀ। ਇਹਦਾ ਕਿਤੇ ਜੀ? ਅੱਛਾ ਇਹਦਾ ਵੀ 1,40 ਹੈ, 1,40 ਕਾ ਜਨਾਬ ਇਹ ਅਲੱਗ ਅਲੱਗ ਹੈ ਸਰ। ਉਹ ਤੇ ਹਰ ਵਾਰੀ ਹੁੰਦਾ ਹੈ, ਕਿਹੜਾ ਪਹਿਲੀ ਵਾਰੀ ਹੋਣ ਡਿਆ ਰੇਟ ਦਾ ਹਿਸਾਬ? ਉਧਰ ਬੰਦਾ ਕਹਿੰਦਾ ਕੈਮਰਾ ਸਾੜ ਦੇਗਾ, ਕੋਈ ਨੀ ਖੈਰ ਸਾਰੀ ਸ਼ੁਗਲ ਮਾਹੌਲ ਦੇ ਰੇ। ਅੱਛਾ ਬਾਬੇ ਤੈਨੂੰ ਪਤਾ ਮੈਂ ਮੰਡੀ ਤੋਂ ਗਿਆ ਨੀ, ਹਲੇ ਬੱਕਰਾ ਲੈ ਕੇ ਨੀ, ਹਲੇ ਗਏ ਸਾਂ ਵੀਡੀਓ ਬਣਾ ਤੇ ਰੇਟ ਪਤਾ ਕਰਨ। ਬਾਬੇ ਮਹਿੰਗੇ ਬੜੇ ਨੇ। ਅੱਛਾ ਚਲੋ ਕੋਈ ਨਹੀਂ, ਆਪਾਂ ਸੋਣਾ 2-10 ਦੇ, ਇੱਕ 10 ਦਾ ਇੱਕ ਬੱਕਰਾ, ਇੱਕ 70 ਦਾ ਇੱਕ ਬੱਕਰਾ, ਬੜਾ ਬਹੁਤ ਮਹਿੰਗਾ ਇਹਦਾ। ਕੋ ਕੋ ਸਸਤੇ ਹੋ ਜਾਣਗੇ? ਹਾਂ ਉਦੋਂ ਚਾਂਦ ਰਾਤ ਦੇ ਦਿਨ ਹੋ ਸਕਦਾ ਸਸਤੇ ਹੋਣ ਚੈਂਪਰ। ਚਾਂਦ ਰਾਤ ਗਾਇਸ ਆਪਣੇ, ਔਰ ਨਾ ਕੋਈ ਮਸਲਾ ਹੋ ਤਾਂ ਹਮ ਜ਼ਰੂਰ ਰਾਬਤਾ ਕਰੇ। ਥੈਂਕ ਯੂ ਵੈਰੀ ਮੱਚ, ਸਬਸਕ੍ਰਾਈਬ ਮਾਈ ਚੈਨਲ ਐਂਡ ਵਿਊ ਆਫ ਦਿਸ, ਗੁੱਡ ਨਾਈਟ। ਅੱਛਾ ਉਹ ਯਾਰ ਮੈਂ ਨਾ ਇੱਥੇ ਕੋ ਵੇਖੀ ਜੋੜੀ ਵੱਡੇ ਦੀ 17,00,000 ਦੀ ਜੋੜੀ। ਓ ਮਾਈ ਗੁੱਡਨੈਸ, ਬਟਾ ਇਹ ਬਹੁਤ ਮਹਿੰਗਾ ਹੈ, ਇਸਕੀ ਆ ਗੁੰਜਾਇ ਨਾ ਰਕਾ ਬਕਰਾ ਲੈ ਤੇ ਦੁੰਬਾ ਲੈ ਜਾਂ ਸਾੜਾ ਲੈ। ਇਨ ਭਾਈਜਾਨ ਕੀ ਬਾਤੋਂ ਕੋ ਜ਼ਰੂਰ ਸਮਝੀਏਗਾ, ਇਹ ਭਾਈਜਾਨ ਬੜੇ ਅੱਛੇ ਭਾਈ ਹੈ, ਮੈਂ ਆਪਕੋ ਬਤਾ ਦੂੰ। ਮਾਰਾ ਚੈਨਲ ਪਸੰਦ ਆਇਆ ਤੋ ਸਬਸਕ੍ਰਾਈਬ ਕੀਜੀਏ, ਸਬਸਕ੍ਰਾਈਬ ਸਬਸਕ੍ਰਾਈਬ ਸਬਸਕ੍ਰਾਈਬ, ਅਗਰ ਸਬਸਕ੍ਰਾਈਬ ਹਮਾਰ ਆਗੇ ਆਲੇ ਵਾਲੀ ਵੀਡੀਓ ਆਪ ਜਲਦ ਜਾ ਜਲਦ ਵੇਖ ਸਕਤੇ ਹੈ। ਤੋ ਚੈਂਪਰ ਤੋਂ ਫਿਲਹਾਲ ਚਲਤੇ ਹੈ, ਬਹੁਤ ਸ਼ੁਗਰ ਲੱਗ ਗਿਆ ਇੱਥੇ, ਮੈਂ ਵਿਰਾਨ ਇਲਾਕੇ 'ਚ ਖਲੋਤਾ ਆਇਆ, ਪਟਰੀ ਦੇ ਕੋਲ ਮੈਂ ਖਲੋਤਾ। ਸਪਾਟੇ ਲਗਾਓ, ਸਪਾਟੇ ਫਿਰ ਲਗਾਓ, ਇਹ ਚੈੱਕ ਕਰੋ ਚੈਂਪਰਸ, ਬੱਚਾ ਸਪਾਟੇ ਲਗਾ ਰਿਹਾ ਵੀ, ਫਿਰ ਲਗਾਓ ਫਿਰ ਸਪਾਟੇ ਲਗਾਓ। ਮੁੰਡੇ ਕੋ ਸਪਾਟੇ ਵੀ ਲਗਾਉਣੇ ਆਤੇ ਹੈ ਹਮਾਰੇ ਕੋ, ਹਮਨੇ ਬੰਦੇ ਕੋ ਪੂਰੀ ਪ੍ਰੋਪਰ ਟ੍ਰੇਨਿੰਗ ਦੀ ਹੈ। ਫਿਰ ਦੇਖ ਲਗਾਓ 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 ਬੇਬੀ, ਲਗਾਓ ਫਿਰ ਲਗਾਓ ਫਿਰ ਲਗਾਓ ਫਿਰ ਲਗਾਓ ਸਪਾਟੇ, ਬਸ ਇੱਕ ਹੋਰ ਇੱਕ ਹੋਰ। ਹੈਲੋ ਬਾਈ ਕਿੱਧਰ ਆ ਗਏ ਹੋ? ਮੈਨੇ ਪਲੈਨ ਪਹਿਨੀ ਕਿਉਂਕਿ ਗਰਮੀ ਬੜੀ ਹੈ, ਚੈਂਪਰਸ
ਪੈਨ ਕੀ ਕਰਨ ਡੇ ਹੋ ਯਾਰ? ਗਰਮੀ ਬੜੀ ਆ। ਮੁੰਡੇ ਦਾ ਮੋਬਾਈਲ ਵੀ ਹੈਗਾ ਏ, ਸਾਡੇ ਨਿੱਕੇ ਕੋਲ ਮੋਬਾਈਲ ਏ ਭਾਈ, ਅਸੀਂ ਸਾਰੇ ਵੱਡੇ ਬੰਦੇ ਆ ਮਾਸ਼ਾਅੱਲਾ। ਇਹਦੇ ਕੋਲ ਨੋਟ 8 ਆ, ਇਹਦੇ ਕੋਲ ਓਪੋ ਆ, ਬੇਬੀ ਕੋਲ ਓਪੋ ਈ, ਸਾਡੇ ਕੋਲ ਇਹਦੀ ਦੂਜੀ ਜਵਾਬ ਸੁਣੀ। ਸਾਡੇ ਕੋਲ ਇਸ ਦੌਰ 'ਚ ਉਹ ਬਟਨ ਵਾਲਾ ਮੋਬਾਈਲ ਹੁੰਦਾ ਸੀ, ਉਹਦੀ ਅਸੀਂ ਟੂਨ ਸੁਣਨੀ ਹੁੰਦੀ ਸਾਹਮਣੇ, ਉਹਦੇ ਵੀ ਯਾਦ ਏ। ਉਸਕੇ ਸਾਥ ਹਮ ਚੈਂਬਰਸ ਰੋਟੀ ਖਾਤੇ ਥੇ। ਅਗਰ ਆਪ ਮੇਂ ਕੋਈ ਮੇਰੇ ਜਿਤਨਾ ਹੋਦਾ ਤਾਂ ਉਸਕੋ ਸ਼ਾਇਦ ਪਤਾ ਹੋ ਇਸ ਬਾਤ ਕਾ ਕਿ ਜਬ ਹਮ ਇਤਨੇ ਜਿਤਨੇ ਹੋਤੇ ਥੇ ਨਾ, ਔਰ ਸਭੀ ਜਬ ਛੋਟੇ ਹੋਤੇ ਥੇ, ਔਰ ਕੇਲਾ ਕੂਲਾ ਜੋ ਹਮੇ ਹਮਾਰੀ ਵਾਲਦਾ ਮੁਹਤਰਮਾ ਖਿਲਾਤੀ ਹੁਤੀ ਥੀ, ਤੋ ਹਮਨੇ ਕਿਆ ਹੋਣਾ ਥਾ, ਮੋਬਾਈਲ ਕੀ ਟੂਨ ਸੁਣਨੀ, ਜੋ ਮੁਝੇ ਪਤਾ ਮੈਂ ਜੋ ਕਰਦਾ ਥਾ ਹਮਾਰਾ ਜੋ ਹੋਤਾ ਥਾ, ਮੋਬਾਈਲ ਕੀ ਟੂਨ ਸੁਣਨੀ ਔਰ ਸਾਥ ਖਾਣਾ ਖਾਣਾ, ਕਿਉਂਕਿ ਇਹ ਬਟਰਾਚ ਵਾਲਾ ਮੋਬਾਈਲ ਉਸ ਵਕਤ ਇਤਨਾ ਆਮ ਜਾਂ ਤਾਂ ਥਾ ਹੀ ਨਹੀਂ, ਜਾਂ ਸ਼ਾਇਦ ਆਇਆ ਹੀ ਨਹੀਂ ਥਾ ਹੈਗਾ। ਚੈਂਬਰਸ ਅੱਜ ਕੇ ਲਈ ਬਸ ਇਤਨਾ ਹੀ, ਮੈਂ ਮਿਲਤਾ ਹੂੰ ਇਨਸ਼ਾਅੱਲਾ ਤੇ ਨੈਕਸਟ ਵਲੌਗ ਮੇਂ। ਅਗਰ ਆਪਕੋ ਵੀਡੀਓ ਪਸੰਦ ਆਈ ਤੋ ਉਸਕੋ ਲਾਈਕ ਕੀਜੀਏ, ਸ਼ੇਅਰ ਕੀਜੀਏ, ਸਬਸਕ੍ਰਾਈਬ ਕੀਜੀਏ ਹਮਾਰੇ ਯੂਟਿਊਬ ਚੈਨਲ ਕੋ, ਔਰ ਬੈਲ ਆਈਕਨ ਪ੍ਰੈਸ ਕਰ ਦੀਜੀਏਗਾ ਤਾਂ ਕਿ ਆਉਣ ਵਾਲੇ ਨਿਊ ਵੀਡੀਓਸ ਕੀ ਨੋਟੀਫਿਕੇਸ਼ਨ ਜਲਦ ਤੋਂ ਜਲਦ ਮਿਲ ਸਕੇ। ਮੈਂ ਮਿਲਤਾ ਹੂੰ ਇਨਸ਼ਾਅੱਲਾ ਤੇ ਨੈਕਸਟ ਵਲੌਗ ਮੇਂ, ਤਬ ਤੱਕ ਕੇ ਲੀਏ ਅੱਲਾ ਹਾਫਿਜ਼।